ਕਿਹੜੇ ਅਰਬਾਂ ਰੁਪਏ ਦੀ ਪ੍ਰਾਪਰਟੀ ਉਹ ਦੋਧੀ ਸੀ ਸਾਨੂੰ ਆਪਣੇ ਗਾਹਕ ਦੇ ਗਿਆ ਵਿੱਚ ਕੀ ਲਿਖਿਆ ਤੇਰੇ ਸ਼ੌਹਰ ਦਾ ਕਤਲ ਲਿਖਿਆ ਓ ਹੋ ਇਹ ਤੇ ਮੈਨੂੰ ਪਤਾ ਮੈਨੂੰ ਦੱਸੋ ਮੈਂ ਫੜੀ ਤੇ ਨਹੀਂ ਜਾਵਾਂਗੀ ਅੱਜ ਦੀ ਜਿਹੜੀ ਵੀਡੀਓ 'ਤੇ ਆਪਾਂ ਰਿਐਕਸ਼ਨ ਬਣਾਉਣ ਲੱਗੇ ਹਾਂ ਉਹ ਹੈ ਕੀ ਹੈ ਜੀਵਨ ਸੁਲਤਾਨ ਹੋਰਾਂ ਦੀ ਉਹਨਾਂ ਦੀਆਂ ਜਿਹੜੀਆਂ ਕਲਿਪਸ ਹੁੰਦੀਆਂ ਛੋਟੀਆਂ ਛੋਟੀਆਂ ਅਤੇ ਬੜੀਆਂ ਮਜ਼ੇਦਾਰ ਹੁੰਦੀਆਂ ਘੈਂਟ ਹੁੰਦੀਆਂ ਦੋ ਕੁ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਸੀ ਉਹ 'ਤੇ ਤੁਸੀਂ ਬਹੁਤ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਅਤੇ ਹੋਰ ਕਿਹੜੀਆਂ ਕੰਪਾਈਲੇਸ਼ਨ 'ਤੇ ਰਿਐਕਸ਼ਨ ਬਣਾਉਣਾ ਕਮੈਂਟ ਡਾਊਨ ਬਿਲੋ ਲਿੰਕ ਭੇਜ ਦਿਓ ਪੰਜਾਬੀ ਰੀਅਲ ਟੀ ਵੀ 'ਤੇ ਫੋਲੋ ਕਰਕੇ ਉੱਥੇ ਸਾਨੂੰ ਸਾਰੀਆਂ ਵੀਡੀਓਜ਼ ਜਿਨ੍ਹਾਂ 'ਤੇ ਆਪਾਂ ਰਿਐਕਸ਼ਨ ਤੁਸੀਂ ਦੇਖਣਾ ਚਾਹੁੰਦੇ ਹਾਂ ਸਾਡਾ ਉਹ ਬਸ ਤੁਸੀਂ ਜਸਟ ਇੱਕ ਮੈਸੇਜ ਕਰਨਾ ਅਤੇ ਤੁਹਾਡੀ ਉਹ ਜਿਹੜੀ ਰਿਕੁਐਸਟ ਆ ਉਹ ਪੂਰੀ ਹੋ ਜਾਣੀ ਹੈ ਸੋ ਅੱਜ ਜਿਹੜੀ ਵੀਡੀਓ ਹੈਗੀ ਆ ਜੀਵਨ ਸੁਲਤਾਨ ਦੀ ਫਨੀ ਵੀਡੀਓਜ਼ ਆ ਜਾਓ ਦੇਖੀਏ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਡੋ ਸਬਸਕ੍ਰਾਈਬ ਨਾਓ ਡਾਕੀਏ ਕੀ ਬਣ ਗਈ ਤੇ ਯਾਰ ਮੱਲੇ ਵਾਲੇ ਨੇ ਮਾਰੇ ਕਿਉਂ ਮੈਂ ਖਤ ਫੜਾਣ ਗਿਆ ਤੇ ਪਤਾ ਲਿਖਿਆ ਸੀ ਹਾਊਸ ਨੰਬਰ 2 ਤੇ ਮੈਂ ਕਿਹਾ 2 ਨੰਬਰ ਘਰ ਆ ਜੀ ਆਏ ਯਾਰ ਤੂੰ ਤੇ ਮਰੀਜ਼ ਦਾ ਪਤਾ ਕਰਨ ਗਿਆ ਸੀ ਕੀ ਬਣੀ ਮੈਨੂੰ ਡਾਕਟਰਾਂ ਨੇ ਮਾਰਿਆ ਕਿਉਂ ਮੈਂ ਜਿਹੜੇ ਮਰੀਜ਼ ਦਾ ਪਤਾ ਕਰਨ ਗਿਆ ਉਹਨੂੰ ਨਾ ਸਾਹ ਦੀ ਬਿਮਾਰੀ ਸੀ ਤੇ ਉੱਤੇ 15-16 ਡਾਕਟਰ ਉਹਦੇ ਨਾਲ ਘੁਲਣ ਡੇ ਮੈਂ ਕਿਹਾ ਸਾਈਡ ਤੇ ਹੋ ਜਾਓ ਮਾਮਾ ਤੇ ਪਰੋ ਬਾਰੀ ਖੋਲ ਦੇ ਸ਼ੋਮ ਛੜਾ ਗੰਗਾ ਜਲ ਸੱਟ ਲੱਗ ਜਾਏ ਤੇ ਆਇਓਡੈਕਸ ਮਲ ਚੋਲ ਮਲ ਹੈ ਭਾਈ ਨਜੂਮੀ ਮੇਰਾ ਵਿਆਹ ਕਿਉਂ ਨਹੀਂ ਹੋ ਰਿਹਾ ਯਾਰ ਪੁੱਤਰ ਇਹ ਤੇਰਾ ਵਿਆਹ ਨਹੀਂ ਹੋਣਾ ਤੇਰੀ ਜ਼ਿੰਦਗੀ ਸੁੱਖ ਹੀ ਸੁੱਖ ਲਿਖਿਆ ਹੈ ਅੱਛਾ ਬੱਚੋ ਇਹ ਦੱਸੋ ਅਲਾਦੀਨ ਦਾ ਚਿਰਾਗ ਤੇ ਔਰਤ ਦਾ ਮੇਕਅਪ ਇਹਨਾਂ ਦੇ ਵਿੱਚ ਮਿਲਦੀ ਜੁਲਦੀ ਗੱਲ ਕਿਹੜੀ ਹੈ ਉਸਤਾਦ ਜੀ ਮੈਂ ਦੱਸਾਂ ਦੱਸ ਉਸਤਾਦ ਜੀ ਮੈਂ ਦੱਸ ਔਰਤ ਦਾ ਮੇਕਅਪ ਤੇ ਅਲਾਦੀਨ ਦਾ ਚਿਰਾਗ ਜੇ ਦੋਨਾਂ ਨੂੰ ਮਸਲ ਦੇ ਆ ਤਾਂ ਵਿੱਚੋਂ ਜਿੰਨ ਨਿਕਲਣਾ ਦੋਨਾਂ ਰਗੜੋ ਵਿੱਚੋਂ ਜਿੰਨ ਨਿਕਲਦਾ ਹੈ ਇਹ ਮੈਂ ਗੈਸ ਕੀਤਾ ਠੀਕ ਹੈ ਵੀ ਗੋਲਮਾਲ ਹੈ ਭਾਈ ਸਭ ਗੋਲਮਾਲ ਤੇਰਾ ਬਚਣਾ ਬਹੁਤ ਮੁਸ਼ਕਲ ਹੈ ਤੇਰੀ ਬਿਮਾਰੀ ਜਿਹੜੀ ਸਾਡੇ ਕੰਟਰੋਲ ਤੋਂ ਬਾਹਰ ਹੋ ਗਈ ਹੈ ਓਏ ਮੇਰੇ ਬੱਚਿਆਂ ਨੂੰ ਬੁਲਾਓ ਬੱਚੇ ਉਰੇ ਆ ਜਿਹੜੇ ਡਿਫੈਂਸ ਵਾਲੇ 20 ਬੰਗਲੇ ਨੇ ਉਹ ਤੇਰੇ ਹਵਾਲੇ ਵੱਡੇ ਵੀਰ ਨੂੰ ਬੁਲਾ ਠੀਕ ਹੈ ਭਾਈ ਗੋਲਮਾਲ ਹੈ ਭਾਈ ਸਭ ਗੋਲਮਾਲ ਹੈ ਜੀ ਅੱਬਾ ਜੀ ਬੇਟਾ ਗੁਲਬਰਗ ਵਾਲੇ 20 ਜਿਹੜੇ ਬੰਗਲੇ ਨੇ ਉਹ ਤੇਰੇ ਹਵਾਲੇ ਅੰਮੀ ਨੂੰ ਬੁਲਾ ਜਾ ਯਾਰ ਅਫਸੋਸ ਬੜਾ ਹੋਇਆ ਲੇਕਿਨ ਕੋਈ ਨੀ ਖੁਸ਼ਕਿਸਮਤ ਹੋ ਤੁਹਾਡੇ ਹਵਾਲੇ ਅਰਬਾਂ ਰੁਪਏ ਦੀ ਪ੍ਰਾਪਰਟੀ ਕਰ ਗਿਆ ਤੁਹਾਡਾ ਵਾਲਦ ਕਿਹੜੇ ਅਰਬਾਂ ਰੁਪਏ ਦੀ ਪ੍ਰਾਪਰਟੀ ਉਹ ਦੋਧੀ ਸੀ ਸਾਨੂੰ ਆਪਣੇ ਗਾਹਕ ਦੇ ਗਿਆ ਕੀ ਬਣ ਗਈ ਯਾਰ 1122 ਵਾਲਿਆਂ ਨੇ ਮਾਰਿਆ ਕਿਉਂ ਉਹ ਮੈਂ ਉਹਨਾਂ ਕੋਲੋਂ ਪੁੱਛ ਲਿਆ ਮੈਂ ਕਿਹਾ ਵਿਦ ਫੈਮਿਲੀ ਮਰੀ ਜਾਣਾ ਤੇ ਕਿੰਨੇ ਪੈਸੇ ਲਓਗੇ ਉਹ ਕਿਉਂ ਪਰੇਸ਼ਾਨ ਹੈ ਯਾਰ ਯਾਰ ਮੇਰੇ ਦੋਸਤ ਨੂੰ ਫਾਂਸੀ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਕਿਉਂ ਉਹ ਮਦਈ ਪਾਰਟੀ ਕਹਿੰਦੀ ਬਈ ਇਹਨੂੰ ਅਗਰ ਫਾਂਸੀ ਤੋਂ ਬਚਾਉਣਾ ਜੇ ਤੇ ਦੋਵੇਂ ਹੱਥ ਜੋੜ ਕੇ ਸਾਡੇ ਕੋਲ ਮਾਫੀ ਮੰਗੇ ਤੇ ਫਿਰ ਕੀ ਇਹ ਮੰਗਾ ਲਓ ਉਹ ਯਾਰ ਉਹਦਾ ਇੱਕ ਹੱਥ ਹੀ ਕੋਈ ਨਹੀਂ ਹਜ਼ਰਾਤ ਇੱਕ ਬੱਚਾ ਮਿਲਾ ਹੈ ਜਿੰਨ ਕਾ ਹੈ ਆ ਕੇ ਲੈ ਜਾਏ ਉਸਤਾਦ ਮੈਨੂੰ ਤੇ ਜਿੰਨ ਦਾ ਬੱਚਾ ਵਿਖਾ ਦੇ ਯਾਰ ਮੈਂ ਪਹਿਲੀ ਵਾਰੀ ਵੇਖਣਾ ਮੈਨੂੰ ਛੱਡ ਤੇ 7 ਨੰਬਰ ਮਰੀਜ਼ ਨੂੰ ਵੇਖ ਜਾ ਡਾਕਟਰ ਸਾਹਿਬ ਮੇਰੀ ਤਬੀਅਤ ਬੜੀ ਖਰਾਬ ਹੈ ਸ਼ਰਾਬ ਪੀਂਦਾ ਪੀਂਦਾ ਤੇ ਮੈਂ ਹਾਂ ਪਰ ਅੱਜ ਮੂਡ ਕੋਈ ਨਹੀਂ ਅੱਜ ਅੱਧੀ ਬੋਤਲ ਮੰਗਾ ਲਓ ਜਨਾਬ ਤੁਹਾਡੇ ਮਰੀਜ਼ ਦੇ ਜਿਸਮ ਚ ਵਾਈਟ ਸੈੱਲ ਖਤਮ ਨੇ ਜਲਦੀ ਅਰੇਂਜ ਕਰੋ ਲੈ ਜੀ ਗੋ ਮਾਲ ਹੈ ਭਾਈ ਸਭ ਗੋ ਡਾਕਟਰ ਸਾਹਿਬ ਮੈਂ ਵਾਈਟ ਸੈੱਲ ਲੈ ਆਇਆ ਪਲੀਏ ਲੋਕੇ ਨਾਰਾਜ਼ ਕਿਉਂ ਹੈ ਤੂੰ ਪਹਿਲੇ ਮੈਨੂੰ ਦੱਸਿਆ ਹੀ ਨਹੀਂ ਤੂੰ ਤਿੰਨ ਵਿਆਹ ਕੀਤੇ ਨੇ ਮੈਂ ਤੈਨੂੰ ਦੱਸਿਆ ਤੇ ਸੀ ਕਿ ਮੈਂ ਤੈਨੂੰ ਮਲਕਾ ਰਾਣੀ ਤੇ ਸ਼ਹਿਜ਼ਾਦੀ ਦੀ ਤਰ੍ਹਾਂ ਰੱਖਾਂਗਾ ਐ ਲੈ ਬਈ ਸ਼ਾਬਾਸ਼ ਇਹ ਦਵਾਈ 7 ਦਿਨ ਖਾ ਲੈ ਡਾਕਟਰ ਸਾਹਿਬ ਜੀ ਇਹ ਮੇਰਾ ਭਰਾ ਪਾਗਲ ਹੋ ਗਿਆ ਇਹ ਚਾਹ ਪੀਂਦਾ ਤੇ ਨਾਲ ਕੱਪ ਖਾ ਜਾਂਦਾ ਸਿਰਫ ਹੈਂਡਲ ਛੱਡ ਦਿੰਦਾ ਇਹ ਤੇ ਸੱਚੀ ਦਾ ਪਾਗਲ ਹੋ ਗਿਆ ਹੈਂਡਲ ਤੇ ਖਾਣ ਵਾਲੀ ਚੀਜ਼ ਹੈ ਉਹ ਕੀ ਬਣ ਗਈ ਥਾਣੇ ਉਹ ਕੁੱਟ ਪੈ ਗਈ ਕਿਉਂ ਮੈਂ 3 ਦਫਾ ਇੱਕੋ ਦੁਕਾਨ ਤੇ ਚੋਰੀ ਕਰ ਲਈ ਉਹ ਕਿਦਾਂ ਉਹ ਮੈਂ ਬੇਗਮ ਵਾਸਤੇ ਸੂਟ ਚੁੱਕਿਆ ਤੇ 2 ਵਾਰੀ ਕਲਰ ਬਦਲਾਉਣ ਚਲਾ ਗਿਆ ਯਾਰ ਹੌਸਲਾ ਰੱਖ ਬਾਜ਼ਾਰੋਂ ਲੈ ਲਾਂਗੇ ਉਹ ਕਿਉਂ ਪਰੇਸ਼ਾਨ ਹੈ ਯਾਰ ਜਿਸ ਲੜਕੀ ਨੂੰ ਮੈਂ ਸਭ ਤੋਂ ਜ਼ਿਆਦਾ ਚਾਹੁੰਦਾ ਸਾਜ ਉਹਨੇ ਮੈਨੂੰ ਬਰਫ਼ ਨਹੀਂ ਦਿੱਤੀ ਕੀ ਬਣੀ ਡਾਕਟਰ ਸਾਹਿਬ ਮੈਂ ਰੋਟੀ ਰੱਜ ਕੇ ਖਾਧੀ ਤੇ ਮੇਰੇ ਪੇਟ 'ਚ ਦਰਦ ਹੈ ਇਹ ਗੋਲੀ ਖਾ ਜੇ ਗੁੰਜਾਇਸ਼ ਹੁੰਦੀ ਤੇ ਰੋਟੀ ਨਾ ਹੋਰ ਖਾ ਲੈਂਦਾ
गोलमाल है भाई सब गोलमाल है। रुक मामा तेरा चलान होएगा, तू हेलमेट नहीं पाया। ओ की होंदा है यार जेड़ा सिर ते पाई दे। ओ ते पगड़ी पाई दी। ओ मामा जेड़ा तुहाडी हिफाजत करदा है। ओ ता बॉडी गार्ड करदा है। तू जे मोटरसाइकिल तो डिग जे तेनू कौन बचाएगा? डॉक्टर बचाएगा। इनू फोटो विखानी पैनी हेलमेट दी। ए की है मोबाइल है। ओ हाल मैं किधर जावा यार, कैसे कैसे पागल लोग पुलिस ऐसी भर्ती कर लेंदे ने। पाई है मेनू जख्म होया यार, को चंगी जी ट्यूब दई। लो भाई जान। वीरे परेशान क्यों है यार? मेरे 3 मिलियन फॉलोअर हो गए ने, ते मैं जो तो बाहर निकलता मेनू कहा ही कोई नहीं पांदा। एडी केडी गल है यार, ए ले मैं तेनू कहा पा देना। तेरा हाथ दसन दिया, तू जो मर्जी कर ले, तू अमीर नहीं होना। नजूमी बाबा मेरा हाथ देख के दस, एदे विच की लिखे है? तेरे शौर दा कतल लिखे है। ओ हो, ए ते मैनू पता है, मैनू दसो मैं फड़ी ते नहीं जावांगी। यार मोबाइल नवा ली? नहीं यार, कजन दे। ते कजन दा मोबाइल तेरे कोल की कर रहा है? ओ कहंदा सी तू मेरा फोन नहीं चुकदा, अज मेरा दा लगया मैं चुक लिया। जेड़ा इत्र रिश्ता वेखण आ रहा ना, बड़ा शरीफ मुंडा है, ओदे सामने कोई चबल ना मारी। मैं बड़े झूठ बोल के कहानी फिट की थी, को चबल न मारी। वालेकुम, की हाल है भाई? ठीक हो? बैठो बैठो। सफर कैसा रहा तुम्हारा? घर सौखा लग गया सी? अच्छा मैं तो कहना कुड़ी मुंडे ने कला बैठ देने, असि दोनों बाहर चलने। आहो आहो चलो बाहर चलिए। पुत्र कुड़ी ने कहानी जानी फिट कर रखा सी, सिगरेट पी के आए। गोलमाल है भाई सब गोलमाल है। ओह नो। अच्छा मेरी भैन है, तुसी किन्ने भैन भरा हो? पहले ते 8 सी, हुन 9 हो गया। ए ओ की बन गया? अब्बे कोलो कुट पै गई। ओ किदा? ओदे परौने आए ते अब्बा कहंदा इनां लई कुछ लाया, ते मैं रक्षा लिया। वीरे कोई होर नौकरी लभ रहा? यार तू ते डॉक्टर नहीं से? ओना मैनू कढ़ता। क्यों? ओ मेरा पहला ही ऑपरेशन, ते मैं इथों मरीज दी नाड़ वढ़ती, ते बाद च टेंशन जाके नाड़ दी गंढ मारती। पीर जी को ऐसा अमल दसो मैनू मेरे आबा दा पता लग जे। मेरा पुत्र तू अपनी बीवी दा एक कैब काट, तेरे अगले पिछले निकल आसेन। तेरे कोल जे बस दी किसी सवारी दा पैर लताड़िया जाए, तू की करेगा? मैं फिर सोरी करांगा। ए ते बड़ी चंगी गल है, ते अगर ओ तैनू 10 रुपए इनाम देवे, मैं फिर सारिया दे पैर लताड़ांगा। ए ओ की बनी यार, एक करो कुट पैगी। क्यों? ਉਹ ਮੈਂ ਘਰ ਬੰਬ ਫਿੱਟ ਕਰਨ ਗਿਆ, ਤੇ ਉਹਨਾਂ ਦੇ ਘਰ ਤਾਲਾ ਲੱਗਿਆ ਸੀ, ਤੇ ਮੈਂ ਨਾਲਦਿਆਂ ਦਾ ਬੂਹਾ ਖੜਕਾ ਕੇ ਗਿਆ, ਨਾਲਦਿਆਂ ਵਾਸਤੇ ਬਾਂਬੇ ਆਣ ਤੇ ਦੇ ਦੇਣਾ। ਯਾਰ ਕੋਈ ਹੋਰ ਨੌਕਰੀ ਲੱਭ ਰਿਹਾ? ਯਾਰ ਤੂੰ ਤੇ ਖੁਸਰਿਆਂ ਨਾਲ ਨਹੀਂ ਸੀ ਹੁੰਦਾ, ਉਹ ਕੰਮ ਮੈਂ ਛੱਡਤਾ, ਬਾਅਦ 'ਚ ਡਾਕਟਰ ਬਣਿਆ, ਉਹਨਾਂ ਹੀ ਮੈਨੂੰ ਕੱਢਤਾ। ਕਿਉਂ? ਮੇਰੇ ਕੋਲ ਪਹਿਲਾਂ ਹੀ ਮਰੀਜ਼ ਆਇਆ, ਤੇ ਮੈਂ ਆਪਣੇ ਕੰਪਾਊਂਡਰ ਨੂੰ ਇੰਜ ਬੁਲਾ ਬੈਠਾ, ਚੇਲਾ ਗੱਲ ਸੁਣ, ਕ੍ਰਿਟੀਕਲ ਸਿਚੁਏਸ਼ਨ, ਤੁਹਾਡੇ ਹਸਬੈਂਡ ਦੀ ਹਾਲਤ ਬਹੁਤ ਖਰਾਬ ਹੈ, ਜੇ ਤੁਸੀਂ ਚਾਹੁੰਦੇ ਹੋ ਬਚ ਜਾਣ, ਇਹਨਾਂ ਨੂੰ ਅੱਛਾ ਲਿਬਾਸ ਦਿਓ, ਇਹਨਾਂ ਨੂੰ ਚੰਗੀ ਖੁਰਾਕ ਦਿਓ, ਇਹਨਾਂ ਦੀ ਤਾਬੇਦਾਰੀ ਕਰੋ, ਤੇ ਇਹਨਾਂ ਨੂੰ ਖੁਸ਼ ਰਹਿਣ ਦਿਓ। ਗੋਲਮਾਲ ਹੈ ਭਾਈ ਸਾਹਿਬ। ਕੀ ਕਹਿੰਦਾ ਡਾਕਟਰ? ਡਾਕਟਰ ਜਵਾਬ ਦੇਤਾ। ਯਾਰ ਮੇਰੀ ਬੇਗਮ ਖੂਹ ਚ ਡਿੱਗ ਗਈ ਸੀ ਵਿਚਾਰੀ ਨੂੰ, ਬੜੀਆਂ ਸੱਟਾਂ ਲੱਗੀਆਂ ਨੇ, ਬੜੀਆਂ ਚੀਕਾਂ ਮਾਰੀਆਂ ਸੂ। ਤੇ ਹੁਣ ਤਬੀਅਤ ਕੈਸੀ ਹੈ? ਹੁਣ ਮੇਰੇ ਖਿਆਲ ਠੀਕ ਹੈ, ਕੱਲ ਦੀ ਨਾ ਖੂਹ ਚ ਕੋਈ ਚੀਕਾਂ ਦੀ ਆਵਾਜ਼ ਨਹੀਂ ਆਈ। ਆ ਰਿਹਾ ਮੈਂ ਹੁਣੇ ਪਹੁੰਚਦਾ। ਗੋਲਮਾਲ ਹੈ ਭਾਈ ਸਾਹਿਬ। ਮੇਰੇ ਨਾਲ ਗੱਲ ਨਾ ਕਰ, ਮੈਂ ਤੇਰੇ ਨਾਲ ਨਾਰਾਜ਼ ਹਾਂ, ਤੂੰ ਰਾਤੀ ਮੈਨੂੰ ਨੀਂਦ ਚ ਗਾਲਾਂ ਕੱਢ ਰਹੀ ਸੀ। ਤੈਨੂੰ ਕਹਿੰਦੇ ਕਿਹਾ ਮੈਂ ਨਹੀਂ ਦੇਖਾਂ? ਯਾਰ ਤੇਰੀ ਸ਼ਾਦੀ ਨੂੰ 5 ਸਾਲ ਹੋ ਗਏ ਨੇ, ਤੇ ਕੈਸੀ ਜਾ ਰਹੀ ਤੇਰੀ ਸ਼ਾਦੀ ਸ਼ੁਦਾ ਲਾਈਫ? ਯਾਰ ਪਹਿਲੇ ਤੇ ਮੈਂ ਬੇਗਮ ਨੂੰ ਬੇਪਨਾਹ ਚਾਹੁੰਦਾ ਸਾਂ, ਹੁਣ ਉਸ ਤੋਂ ਪਨਾਹ ਚਾਹੁੰਦਾ। ਜਾਨ ਆਈ, ਦੋ ਗੱਲਾਂ ਐਸੀਆਂ ਕਰ, ਪਹਿਲੀ ਤੇ ਮੈਂ ਖੁਸ਼ ਹੋ ਜਾ, ਤੇ ਦੂਜੀ ਤੇ ਮੈਨੂੰ ਗੁੱਸਾ ਆ ਜੇ। ਓ ਨੋ ਜਾਨ, ਤੂੰ ਮੇਰੀ ਜ਼ਿੰਦਗੀ ਹੈ, ਤੇ ਲੱਖ ਲਾਨਤ ਐਸੀ ਜ਼ਿੰਦਗੀ ਤੇ। ਅੱਬਾ ਹਾਂ, ਮੇਰਾ ਨਾ ਪੜ੍ਹਾਈ ਦਿਲ ਨਹੀਂ ਲੱਗਦਾ, ਮੇਰਾ ਵਿਆਹ ਕਰਾ ਦੇ। ਠੀਕ ਹੈ ਪੁੱਤਰ, ਜਿਵੇਂ ਤੇਰੀ ਮਰਜ਼ੀ, ਇੰਜ ਰੋਲ ਪਾਵੇਂ ਉਂਜ ਰੋਲ। ਯਾਰ ਕੋਈ ਨੌਕਰੀ ਤੇ ਲੱਭ ਦੇ। ਦੋ ਤਿੰਨ ਵਾਲੇ ਘੈਂਟ ਸੀ, ਇੱਕ ਤਾਂ ਵਾਲਾ ਕਿ ਉਹ ਕੁੜੀ ਜਦੋਂ ਡਾਕਟਰ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਮਤਲਬ ਕਿ ਉਹਦਾ ਖਿਆਲ ਰੱਖਣਾ ਹੈ ਨਾ ਹਮੇਸ਼ਾ, ਤੇ ਉਹ ਠੀਕ ਹੋ ਜਾਣਾ, ਉਹ ਅੱਗੋਂ ਆ ਕੇ ਕਹਿੰਦੀ ਮੈਂ ਖਿਆਲ ਤਾਂ ਨਹੀਂ ਰੱਖ ਸਕਦੀ, ਤਾਂ ਹੀ ਉਹ ਆ ਕੇ ਕਹਿ ਦਿੰਦੀ। ਡਾਕਟਰ ਨੇ ਜਵਾਬ ਦਿੱਤਾ, ਇੱਕ ਆਹ ਸੀ ਕਹਿੰਦਾ ਮੇਰਾ ਪੜ੍ਹਾਈ 'ਚ ਜੀ ਨਹੀਂ ਲੱਗਦਾ, ਅਤੇ ਕਹਿੰਦਾ ਠੀਕ ਹੈ ਭਰਾ ਜੇ ਉਹ ਰੁਲਣਾ ਹੀ ਆ ਉੱਦਾਂ ਰੁਲਣਾ। ਯਾਰ ਤੂੰ ਤੇ ਬੈਂਕ ਹੀ ਨਹੀਂ ਸੀ, ਉਹ ਨਾ ਮੈਨੂੰ ਕੱਢਤਾ। ਕਿਉਂ? ਉਹ ਮੈਂ ਹਰ ਟਾਈਮ ਬੈਂਕ 'ਚ ਕੋਈ ਗਾਣਾ ਗਾਉਂਦਾ ਸਾਂ, ਬੁੱਕਲ ਦੇ ਵਿੱਚ ਚੋਰ, ਬੁੱਕਲ ਦੇ ਵਿੱਚ ਚੋਰ, ਉਹਨਾਂ ਕਿਹਾ ਇਹਨੂੰ ਕੱਢ ਦੇਵੇ, ਤੇ ਸ਼ਕਲੋ ਹੀ ਚੋਰ ਲੱਗਦਾ ਜੇ। ਯਾਰ ਬੜੀ ਕਨਫਿਊਜ਼ਨ ਹੈ ਯਾਰ, ਕੋਈ ਸਮਝ ਨਹੀਂ। ਭਾਈ ਗੱਲ ਸੁਣੀ ਯਾਰ, ਯਾਰ ਨੂਰ ਜਾਨ ਤੇ ਰਹੀ ਨਹੀਂ, ਜੇ ਹੁਣ ਜੰਗ ਲੱਗ ਜੇ ਤਰਾਨਾ ਕੌਣ ਪੜੇਗਾ? ਨਸੀਬੋ ਲਾਲ ਪੜੇਗੀ, ਉਹ ਕੀ ਕਹੇਗੀ? ਐ ਵਤਨ ਦੇ ਜੋਸ਼ੀਲੇ ਜਵਾਨੋ, ਦੁਸ਼ਮਣ ਦੀ ਮੰਜੀ ਡਾਂਗ ਫੇਰ ਦਿਓ। ਆਏ ਉਹ ਕੀ ਬਣ ਗਈ? ਉਹ ਯਾਰ ਭਰਾ ਨੇ ਮਾਰਿਆ। ਕਿਉਂ? ਉਹਦੀ ਮਹਿੰਦੀ ਸੀ, ਤੇ ਕਹਿੰਦਾ ਜਾ ਸਾਊਂਡ ਵਾਲੇ ਲੈ, ਤੇ ਮੈਂ ਅਲਟਰਾ ਸਾਊਂਡ ਵਾਲੇ ਲੈ ਆ।
ਜਿਹੜਾ ਆ ਰਿਹਾ ਨਾ ਬੜਾ ਵੱਡਾ ਛੱਡੂ ਚੁੱਪ ਰਹੀ। ਅੱਛਾ ਮੇਰੇ ਕੋਲ ਇੱਕ 500 ਫੁੱਟ ਲੰਮਾ ਸੱਪ ਹੈ। ਮੇਰੇ ਕੋਲ ਇੱਕ ਬਾਂਦਰ ਹੈ ਉਹਦੀ 100 ਫੁੱਟ ਲੰਮੀ ਪੂਛ ਲੈ। 50 ਫੁੱਟ ਤੇ ਲਾਜ਼ਮੀ ਹੋਣੀ। 20 ਫੁੱਟ ਤੇ ਹੋਣੀ ਹੋਣੀ। ਯਾਰ ਮੈਂ ਤੇਰੇ ਚੱਕਰਾਂ 'ਚ ਆਪਣਾ ਬਾਂਦਰ ਲੁੰਡਾ ਕਰ ਲਾਂ। ओके गाइज़, सो ये सी अज की वीडियो वीडियो बहुत फनी सी, घेंट सी। जीवन सुल्तान का काम हमेशा ही वधिया हुंदा, घेंट हुंदा। जिहड़ियां इहनां दी क्लिप्स आ, छोटी छोटी क्लिप्स हुंदियां, कुछ कु जोक्स हुंदे जिहड़े आपां छोटे हुंदियां भी सुने हैं ते हुण भी सुणदे रहे हैं, ते कुछ क इहनां दे अपने बनाए हुए हुंदे आ, काफ़ी फनी आ, हासा बड़ा हुंदा। मतलब कि अचनचेत जदों ये गल कढ के मारदे, काफ़ी इदां दियां सीगियां जिहदे विच तुहानूं मतलब कि बहुत ही ज़्यादा हासा आउंदा। लाइक की बने डॉक्टर साहब, मैं रोटी रज के खाधी तो मेरे पेट च दर्द है, ऐ गोली खा, जे गुंजाइश होंगी तो रोटी ना और खा लेंदा। मतलब देखो की लॉजिक है ये, है ना। जेकर गल की जाए तो गल पूरी एक ऑन द वे सही गल कर रहे हैं, ठीक है, पर उस हासा आता है। हुण बंदे ने अगे ही कहा कि मैं रोटी बहुत खा चुकी हाँ, मेरा ढिड भर गया, भी मैं हुण गोली होर किद्दां खावां। देखिया जाए दोनों सही है चीज़ा, घैंट है यार। बंदा पता नहीं कितों दिमाग लाउंदे, इहनां दा टीम वर्क आ प्रॉपर, है ना, जां इह कल्ले ही करदे आ। पर इदां दीआं वीडियोज़ बनाउंदे लई भी एक प्रॉपर तुहाडा फोकस चाहीदा, तुहानूं पता कि तुहाडी ऑडियंस की चाहुंदी है, तुसीं ऑडियंस नूं किद्दां हसाउणा, है ना, वो सब चीज़ा। सो वीडियो बहुत वधिया सी, मैनूं तां अच्छी लगी, तुहानूं किद्दां लगी नीचे कमेंट करके मैनूं जरूर दस्यो। ते मैं हम मिलूंगा किसी होर भी, तद तक मैंने दो इजाजत। सत श्री अकाल, चक्की रखो, इदा ही काम।